अमृतसर BSF ਦੇ ਵੱਲੋਂ ਪਾਕਿਸਤਾਨ ਤਸਕਰਾਂ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਅਤੇ ਦੇਰ ਰਾਤ ਇੱਕ ਡਰੋਨ ਸਮੇਤ 74 ਕਰੋੜ ਦੀ ਹੈਰੋਇਨ ਕਾਬੂ ਕੀਤੀ। ਜੀ ਹਾਂ, ਦੇਰ ਰਾਤ ਡਰੋਨ ਦੀ ਆਵਾਜ਼ ਸੁਣਨ ਦੇ ਨਾਲ BSF ਦੇ ਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਦੇ ਨਾਲ ਡਰੋਨ ਡਿੱਗ ਗਿਆ। ਡਰੋਨ ਦੇ ਨਾਲ ਇੱਕ ਬੈਗ ਮਿਲਿਆ ਜਿਸ ਦੇ ਵਿੱਚ 10 ਕਿਲੋ 670 ਗ੍ਰਾਮ ਹੈਰੋਇਨ ਮਿਲੀ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ 74 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। DIG ਭੁਪਿੰਦਰ ਸਿੰਘ ਦੇ ਮੁਤਾਬਕ ਜਵਾਨਾਂ ਦੁਆਰਾ 9 ਰਾਊਂਡ ਫਾਇਰ ਕੀਤੇ ਗਏ ਸੀ। ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਇਸ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਹੜੇ ਮਨਸ਼ੇ ਦੇ ਨਾਲ ਇਹ ਡਰੋਨ ਭੇਜਿਆ ਗਿਆ ਸੀ। ਹੁਣ ਤੁਸੀਂ ਵੀ ਜਿੱਤ ਸਕਦੇ ਹੋ iPhone 13, ਲੈਪਟਾਪ ਐਂਡ LED, ਪਰ ਪ੍ਰੀਮੀਅਮ ਲੈਂਗੁਏਜ ਸਕੂਲ ਐਂਡ ਇਮੀਗ੍ਰੇਸ਼ਨ 'ਚ ਐਡਮਿਸ਼ਨ ਲੈ ਕੇ ਅਸੀਂ ਆਇਲਸ ਕਰਨ ਵਾਲੇ ਬੱਚਿਆਂ ਲਈ ਇੱਕ ਲੱਕੀ ਡਰੋਅ ਕੱਢਣ ਜਾ ਰਹੇ ਹਾਂ, ਜਿਹਦੇ ਇਹ 3 ਪ੍ਰਾਈਜ਼ ਹੋਣਗੇ। ਜੇ ਤੁਸੀਂ ਵੀ ਚਾਹੁੰਦੇ ਹੋ ਇਹ ਸਭ ਪ੍ਰਾਈਜ਼ ਜਿੱਤਣਾ, ਜਲਦ ਤੋਂ ਜਲਦ ਕਾਲ ਕਰੋ, ਬ੍ਰਾਂਚ ਵਿਜ਼ਿਟ ਕਰੋ ਅਤੇ ਆਪਣੀ ਐਡਮਿਸ਼ਨ ਕਰਵਾਓ। ਧੰਨਵਾਦ। ਇਹ ਸ਼ੇਅਰ ਕਰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਕੱਲ੍ਹ ਰਾਤਰੀ ਕੋ ਕੱਲ੍ਹ 11:15 ਵਜੇ ਕੇ ਕਰੀਬ BOP ਬੈਰੋਪਾਲ ਮੈਂ ਤੈਨਾਤ BSF ਕੇ ਅਲਰਟ ਜਵਾਨੋਂ ਕੋ ਪਾਕਿਸਤਾਨ ਸੇ ਇੰਡੀਆ ਕੀ ਤਰਫ ਦਾਖਿਲ ਹੋਤੇ ਹੋਏ ਡਰੋਨ ਕੀ ਆਵਾਜ਼ ਸੁਣਾਈ ਦੀ। ਇਸ ਪਰ ਤੁਰੰਤ ਕਾਰਵਾਈ ਕਰਤੇ ਹੋਏ ਜਵਾਨੋਂ ਨੇ ਆਪਣੇ ਪਰਸਨਲ ਵੈਪਨ ਸੇ 9 ਰਾਊਂਡ ਫਾਇਰ ਕੀਏ ਔਰ ਸਾਥ ਮੇਂ ਇਲਾਕੇ ਮੇਂ ਰੋਸ਼ਨੀ ਕਰਨੇ ਕੇ ਲੀਏ ਇੱਕ ਇਲੂਮੀਨੇਸ਼ਨ ਬੰਬ ਕਾ ਫਾਇਰ ਕੀਆ ਗਿਆ। ਜੋ ਹਮਾਰੀ ਪਾਰਟੀਜ਼ ਜੋ ਡੈਫ ਮੇਂ ਲਗੀ ਹੋਈ ਥੀ, ਪੀਛੇ ਕੀ ਤਰਫ ਲਗੀ ਹੋਈ ਥੀ, ਉਨਕੋ ਵੀ ਆਗੇ ਬੁਲਾਇਆ ਗਿਆ ਔਰ ਉਸ ਇਲਾਕੇ ਕੀ ਕਾਫੀ ਗਹਿਨ ਛਾਨਬੀਨ ਕੀ ਗਈ ਔਰ ਛਾਨ ਸਰਚ ਕੇ ਦੌਰਾਨ ਹਮੇਂ ਇੱਕ ਹੈਗਜ਼ਾਕਾਪਟਰ ਡਰੋਨ ਜੋ ਕਿ ਕਾਫੀ ਬੜਾ ਹੈ ਸਾਈਜ਼ ਮੇਂ ਵੋ ਪ੍ਰਾਪਤ ਹੁਆ। ਉਸਕੇ ਸਾਥ ਇੱਕ ਬੈਗ ਟੰਗਾ ਹੁਆ ਥਾ, ਇੱਕ ਸਿਸਟਮ ਹੈ ਉਨਕਾ, ਉਸਕੇ ਬੈਗ ਟੰਗਾ ਹੁਆ ਥਾ, 4 ਬੈਟਰੀਜ਼ ਐਕਸਟਰਾ ਲਗਾਈ ਹੋਈ ਥੀ ਉਸਕੇ ਉੱਪਰ ਔਰ ਬੈਗ ਕੋ ਜਬ ਹਮਨੇ ਖੋਲ ਕੇ ਦੇਖਾ ਤਾਂ ਉਸਕੇ ਅੰਦਰ ਲਗਭਗ 10 ਕਿਲੋ ਹੀਰੋਇਨ ਉਸਕੇ ਅੰਦਰ ਸਮਗਲ ਕਰਨ ਦੀ ਕੋਸ਼ਿਸ਼ ਕੀ ਜਾ ਰਹੀ ਥੀ। ਤੋ BSF ਨੇ ਟੋਟਲ ਸੀਜ਼ਰ ਜੋ ਹੈ ਇੱਕ ਬੜਾ ਹੈਗਜ਼ਾਕਾਪਟਰ ਡਰੋਨ ਔਰ ਸਾਥ ਮੇਂ 10 ਕਿਲੋ ਹੀਰੋਇਨ, ਫਿਰ ਸਮਾਨ ਜੋ ਪਾਸ ਮੇਂ ਥਾ ਇੱਕ ਬੋਰੀ ਥੀ ਜਿਸਕੇ ਅੰਦਰ ਸਮਾਨ ਥਾ, ਉਹ ਬੋਰੀ ਪੇ ਪਾਕਿਸਤਾਨ ਕੇ ਕੁਛ ਉਨਕੇ ਮਾਰਕਸ ਹੈ। ये जो हीरोइन 10 किलो है इसकी वैल्यू आप सब जानते हैं, मार्केट में बहुत कई करोड़ों में इसकी वैल्यू है और ये BSF के लिए एक बहुत बड़ी अचीवमेंट है कि ड्रोन और ड्रग्स हमने साथ में पकड़े हैं और यही मैं आपको कहना चाहता हूँ। इसके अलावा कुछ आपको बढ़ाया गया था जिस तरह से हम देख रहे हैं एक्स्ट्रा बैटरी अटैच की गई थी, लगता है कि जैसे बैटरी एक्स्ट्रा लगाई है तो उससे उन्होंने उसका कैपेसिटी को इन्हांस करने की कोशिश की होगी। सर ये अमृतसर में पहली बार ऐसे हुआ है कि ड्रोन के साथ हीरोइन पकड़ी गई है, पहली बार चीज है। इससे पहले हमने ड्रोन पकड़े हैं, ये हमारा चौथा सीजर है ड्रोन का, लेकिन एक साथ ड्रोन और हीरोइन ये हमने फर्स्ट टाइम पकड़ा है। किसी व्यक्ति को, किसी आरोपी को अरेस्ट किया जहां इसकी सप्लाई को इसके आगे जा, अभी हम पुलिस को और बाकी एजेंसी से मिलकर इस इलाके की और छानबीन करेंगे और उसके बाद जो भी सामने आएगा वो आपसे शेयर किया जाएगा। सर रिसीवर कौन था, रिसीवर इसका कौन था, कुछ पता चला? मुझे लगता है कि क्योंकि हमने बीच में जो कार्रवाई की, जवानों ने जो कार्रवाई की, उस वजह से ये अपने स्थान तक नहीं पहुंच पाया और पहले ही गिर गया। सर कितने किलोमीटर का एरिया इसने तय किया है, क्योंकि आपने पता है इसको? अभी वो सब जो है तहकीकात का मसला है, वो हम इसको भेजेंगे एनालिसिस के लिए और उसके बाद। DIG ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਵੱਲੋਂ ਪਹਿਲਾਂ ਵੀ ਕਈ ਵਾਰ ਡਰੋਨ ਦੇ ਰਾਹੀਂ ਹੈਰੋਇਨ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ BSF ਦੇ ਜਵਾਨ ਬੜੀ ਮੁਸ਼ਤੈਦੀ ਦੇ ਨਾਲ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇ ਰਹੇ। ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।